ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਟਾਂਡਾ ਪੁਲਿਸ ਵੱਲੋਂ 350 ਗ੍ਰਾਮ ਨਸ਼ੀਲੇ ਪਦਾਰਥ ਸਮੇਤ 2 ਸਮਗਲਰ ਗ੍ਰਿਫਤਾਰ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕੋਨ ਵੀ ਦਬਾ ਲਓ। ਇੰਸਪੈਕਟਰ ਓਂਕਾਰ ਸਿੰਘ ਬਰਾੜ, ਮੁੱਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ASI ਮਨਿੰਦਰ ਕੌਰ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੰਡੀਗੜ੍ਹ ਕਲੋਨੀ ਮੋੜ ਟਾਂਡਾ ਤੇ ਪੁਲਿਸ ਪਾਰਟੀ ਮਜੂਸੀ ਤੇ ਕਲੋਨੀ ਵੱਲੋਂ 2 ਨੌਜਵਾਨ ਐਕਟਿਵਾ ਦੇ ਉੱਤੇ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਉਹਨਾਂ ਪਾਸੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਤੁਰੰਤ ਉਹਨਾਂ ਉੱਤੇ ਮੁਕੱਦਮਾ ਦਰਜ ਕਰਕੇ ਲੋੜੀਂਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਤੇ ਤਫਤੀਸ਼ ਕਰਨ ਦੇ ਉੱਤੇ ਜਿਨ੍ਹਾਂ ਕੋਲੋਂ ਉਹ ਨਸ਼ਾ ਖਰੀਦਦੇ ਸਨ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ। ਹੁਣ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਕੇ ਕੀਤੀ ਜਾਵੇਗੀ ਤੇ ਨਾਮਜ਼ਦ ਦੋਸ਼ੀਆਂ ਦੀ ਭਾਲ ਜਾਰੀ ਹੈ। ਤੁਸੀਂ ਦੇਖ ਰਹੇ ਹੋ ਅੱਡਾਸਰਾ ਤੋਂ ਜਸਵੀਰ ਕਾਜਲ ਦੀ ਵਿਸ਼ੇਸ਼ ਰਿਪੋਰਟ। ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾਣਯੋਗ SSP ਸਰਦਾਰ ਸਰਤਾਜ ਸਿੰਘ ਚਾਹਲ ਜੀ ਵੱਲੋਂ ਜੋ ਕਿ ਪੰਜਾਬ ਸਰਕਾਰ ਦੇ ਏਜੰਡੇ ਇਸ ਸੰਬੰਧੀ ਇੱਕ ਕੰਪੇਨ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਗਈ ਹੈ। ਉਸ ਕੰਪੇਨ ਦੇ ਤਹਿਤ ਕੱਲ੍ਹ ਰਾਤ ਲੇਟ ਨਾਈਟ ASI ਮਨਿੰਦਰ ਕੌਰ ਨੇ 2 ਦੋਸ਼ੀਆਂ ਨੂੰ ਸੰਜੇ ਉਰਫ ਸੰਜੂ ਚੰਡੀਗੜ੍ਹ ਕਲੋਨੀ ਥਾਣਾ ਟਾਂਡਾ ਅਤੇ ਸਾਹਿਲ ਪੁੱਤਰ ਸੁਰਜੀਤ ਵਾਸੀ ਗੰਨਾ ਪਿੰਡ ਥਾਣਾ ਫਲੌਰ ਜੋ ਆਪਣੇ ਇੱਥੇ ਰਿਸ਼ਤੇਦਾਰ ਦੀ ਟਾਂਡੇ 'ਤੇ ਰਹਿੰਦਾ ਹੈ। ਇਹਨਾਂ ਤੋਂ 350 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਜਿਹੜਾ ਬਰਾਮਦ ਹੋਇਆ। ਇਹ ਦੋਸ਼ੀ ਕਿੱਥੋਂ ਸਮਾਨ ਲੈ ਕੇ ਆਏ ਨੇ, ਕਿਹੜੇ ਕਿਹੜੇ ਭਾਗੀਦਾਰ ਹਨ, ਉਹ ਅਸੀਂ 29 NDPC ਦੇ ਵਿੱਚ ਸਾਰੇ ਨਾਮਜ਼ਦ ਕਰ ਲਏ ਆ। ਇਹਨਾਂ ਤੋਂ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਜਲਦੀ ਅਤੇ ਇਹਨਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਮਾਣਯੋਗ DGP ਸਾਹਿਬ ਨੇ ਧਿਆਇਆ ਕੀਤਾ ਅਤੇ ਅਸੀਂ ਉਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਾਂ। ਇਲਾਕੇ 'ਚ ਸਖ਼ਤ ਕਾਰਵਾਈ ਜਿਹੜੀ ਹੈ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ਼ ਸ਼ੁਰੂ ਕੀਤੀ ਹੈ, ਇਹ ਲਗਾਤਾਰ ਜਾਰੀ ਰਹੇਗੀ। ਥੈਂਕ ਯੂ।